ਵੱਖ-ਵੱਖ ਗੀਤਾਂ ਤੋਂ ਫੇਮਸ ਹੋਏ ਗਾਇਕ ਸ਼ੈਰੀਮਾਨ ਕਿਸੇ ਨਾ ਕਿਸੇ ਵੀਡੀਓ ਨੂੰ ਲੈ ਕੇ ਸੁਰਖੀਆਂ 'ਚ ਆ ਹੀ ਜਾਂਦੇ ਨੇ। ਹਾਲ ਹੀ 'ਚ ਇੱਕ ਵਾਰ ਫਿਰ ਸ਼ੈਰੀਮਾਨ ਦਾ ਇੱਕ ਵੀਡੀਓ ਸੋਸ਼ਲ ਮੀਡੀਆ 'ਤੇ ਕਾਫੀ ਵਾਇਰਲ ਹੋਇਆ ਹੈ, ਜਿਸ ਵਿੱਚ ਉਹ ਆਪਣੀ ਸਵਰਗਵਾਸੀ ਮਾਂ ਨੂੰ ਯਾਦ ਕਰ ਰਹੇ ਹਨ ਅਤੇ ਇਸ ਵੀਡੀਓ 'ਚ ਉਹ ਕਾਫੀ ਭਾਵੁਕ ਨਜ਼ਰ ਆ ਰਹੇ ਹਨ। ਦੱਸ ਦਈਏ ਕਿ ਸ਼ੈਰੀਮਾਨ ਚੱਲਦੇ ਸ਼ੋਅ 'ਚ ਆਪਣੀ ਮਾਂ ਨੂੰ ਯਾਦ ਕਰਕੇ ਰੋ ਪਏ ਅਤੇ ਆਪਣੀ ਮਾਂ ਦੀਆਂ ਯਾਦਾਂ ਸਾਂਝੀਆਂ ਕਰਨ ਲੱਗੇ। ਉਹਨਾਂ ਨੇ ਦੱਸਿਆ ਕਿ ਇੱਕ ਵਾਰ ਜਦੋਂ ਉਹ ਤਿਆਰ ਹੋ ਗਏ ਤਾਂ ਉਹਨਾਂ ਦੀ ਮਾਂ ਨੇ ਆਸ਼ੀਰਵਾਦ ਦੇਣ ਲਈ ਉਹਨਾਂ ਦੇ ਸਿਰ 'ਤੇ ਹੱਥ ਰੱਖਿਆ ਤਾਂ ਉਹਨਾਂ ਨੇ ਆਪਣੀ ਮਾਂ ਨੂੰ ਰੋਕ ਦਿੱਤਾ ਅਤੇ ਕਿਹਾ ਕਿ ਮੇਰੇ ਵਾਲ ਖਰਾਬ ਨਾ ਕਰੋ ਅਤੇ ਕਿਹਾ ਕਿ ਹੁਣ ਉਹਨਾਂ ਨੂੰ ਉਹ ਗੱਲ ਬਹੁਤ ਯਾਦ ਆਉਂਦੀ ਹੈ ਅਤੇ ਜਿਨ੍ਹਾਂ ਦੀਆਂ ਮਾਵਾਂ ਹਨ ਉਹ ਕਿਸਮਤ ਵਾਲੇ ਹਨ। ਇਸ ਤੋਂ ਅੱਗੇ ਸ਼ੈਰੀਮਾਨ ਨੇ ਕਿਹਾ ਕਿ ਮੇਰੀ ਪਸੰਦ ਦੀ ਦਾਲ ਕਿਉਂ ਨਹੀਂ ਬਣਾਈ, ਮੇਰੀ ਪਸੰਦ ਦੀ ਰੋਟੀ ਕਿਉਂ ਨਹੀਂ ਬਣਾਈ ਅਤੇ ਆਪ ਉਹ ਵਿਚਾਰੀ ਇੱਕ ਵਾਰ ਵੀ ਸਕੂਲ ਨਹੀਂ ਗਈ ਅਤੇ ਮੈਨੂੰ ਪੜ੍ਹਾਇਆ ਲਿਖਾਇਆ, ਮੈਨੂੰ ਇੱਥੇ ਤੱਕ ਪਹੁੰਚਾਇਆ। ਇੱਕ ਵਾਰ ਜ਼ੋਰਦਾਰ ਤਾੜੀਆਂ ਮੇਰੀ ਮਾਂ ਲਈ ਵਜਾ ਦਿਓ। ਦੱਸਣਯੋਗ ਹੈ ਕਿ ਸ਼ੈਰੀਮਾਨ ਨੇ ਆਪਣੀ ਮਾਂ ਨੂੰ ਸੰਭਾਲਦੇ ਹੋਏ ਕਿਹਾ ਕਿ ਮੈਂ ਆਪਣੀ ਡਿਊਟੀ ਪੂਰੀ ਕਰਕੇ ਜਾਊਂਗਾ ਅਤੇ ਇਸ ਤੋਂ ਬਾਅਦ ਸ਼ੈਰੀਮਾਨ ਨੇ ਆਪਣੀ ਮਾਂ ਤੇ ਆਪਣਾ ਗੀਤ ਗਾ ਕੇ ਸੁਣਾਇਆ। ਕਿਉਂਕਿ ਮੈਨੂੰ ਯਾਦ ਹੈ ਇੱਕ ਵਾਰੀ ਨਾ ਮੇਰੀ ਮਾਂ ਨੇ ਮੈਨੂੰ ਆਸ਼ੀਰਵਾਦ ਦੇਣ ਲੱਗੀ, ਮੈਂ ਉਹਨੂੰ ਕਿਹਾ, ਮੈਂ ਕਿਹਾ ਮੇਰੇ ਵਾਲ ਨਾ ਖਰਾਬ ਕਰ। ਅੱਜ ਮੈਨੂੰ ਉਹ ਗੱਲ ਯਾਦ ਆਉਂਦੀ ਹੈ। ਜਿਹਦੀਆਂ ਜਿਹਦੀਆਂ ਮਾਵਾਂ ਹੈਗੀਆਂ ਬਹੁਤ ਲੱਕੀ ਹੋ ਤੁਸੀਂ ਸਾਰੇ, ਮੈਨੂੰ ਯਾਦ ਆਉਂਦਾ ਕਿ ਮੈਂ ਉਹਨੂੰ ਕਹਿਣਾ ਮੇਰੀ ਪਸੰਦ ਦੀ ਦਾਲ ਕਿਉਂ ਨਹੀਂ ਬਣਾਈ, ਮੇਰੀ ਪਸੰਦ ਦੀ ਰੋਟੀ ਕਿਉਂ ਨਹੀਂ ਬਣਾਈ। ਆਪ ਵਿਚਾਰੀ ਉਹ ਇੱਕ ਵਾਰ ਵੀ ਸਕੂਲ ਨਹੀਂ ਗਈ, ਮੈਨੂੰ ਪੜ੍ਹਾਇਆ ਲਿਖਾਇਆ ਇੱਥੋਂ ਤੱਕ ਪਹੁੰਚਾਇਆ। ਇੱਕ ਵਾਰੀ ਮੇਰੀ ਮਾਂ ਲਈ ਯਾਰ ਜ਼ੋਰਦਾਰ ਤਾੜੀਆਂ। ਮੈਂ ਆਪਣੀ ਡਿਊਟੀ ਪੂਰੀ ਕਰਕੇ ਜਾਊਂਗਾ ਆਪਣੀ ਮਾਂ ਲਈ, ਤੁਹਾਡੇ ਸਾਰਿਆਂ ਲਈ। ਸੋ ਮੇਰੇ ਮੁੜੇ ਆਉਣ ਤਾਈ ਤੂੰ ਯਾਦਾਂ ਨੂੰ ਚੁੰਮ ਕੇ ਰੱਖੀ। ਜੀਵਨ ਮੌਤ ਦਾ ਸਿਲਸਿਲਾ ਤਾਂ ਹਰ ਇਨਸਾਨ ਲਈ ਬਣਿਆ ਹੀ ਹੈ। ਪਰਮਾਤਮਾ ਸ਼ੈਰੀਮਾਨ ਦੀ ਮਾਂ ਦੀ ਆਤਮਾ ਨੂੰ ਸ਼ਾਂਤੀ ਬਖਸ਼ੇ।